ਕਿਸੇ ਸਮੇਂ ਸ਼ਾਇਦ ਤੁਹਾਨੂੰ ਯਾਦ ਹੋਵੇਗਾ, ਮੇਰੇ ਖਿਆਲ ਨਾਲ ਬਾਅਦ 'ਚ ਪੰਜਾਬ ਦਾ ਗਵਰਨਰ ਵੀ ਬਣਿਆ ਛਿੱਬਰ, ਜਦੋਂ ਆਰਮੀ ਦੇ ਵਿੱਚ ਸੀਗਾ, BKN ਛਿੱਬਰ ਛਿੱਬਰ, ਉਸਨੇ ਕਲਾਨੌਰ ਦੇ ਇਲਾਕੇ 'ਚ ਇੱਕ ਗੱਲ ਕਹੀ ਸੀ ਕਿ ਇਹ ਜਿਹੜੀਆਂ ਪੰਜਾਬ ਦੀਆਂ ਜਨਾਨੀਆਂ ਨੇ ਇਹ ਬਈਏ ਪੈਦਾ ਕਰਨਗੀਆਂ। ਮਹਿਜ਼ ਇਹ ਗੱਲ ਕੇਵਲ ਇੱਥੋਂ ਤੱਕ ਸੀਮਤ ਨਹੀਂ ਸੀ ਕਿ ਉਹਨੇ ਇੱਕ ਪਿੰਡ ਦੇ ਵਿੱਚ ਇਕੱਠੀਆਂ ਕੀਤੀਆਂ ਔਰਤਾਂ ਤਾਂ ਮਰਦ ਜਿਸ ਤਰ੍ਹਾਂ ਪਿੰਡਾਂ 'ਚੋਂ ਬਾਹਰ ਕਰਕੇ ਬਿਠਾ ਲਏ ਜਾਂਦੇ ਸੀ, ਉਦੋਂ ਉਹਨਾਂ ਨੂੰ ਡਰਾਉਣ ਵਾਸਤੇ ਕਿਹਾ, ਉਹਦੇ ਵਿੱਚ ਜਿਹੜੀ ਸਟੇਟ ਦੀ ਇੱਕ ਕੌਨਸੀਪਰੇਸ਼ੀਅਲ ਜ਼ਿਹਨੀਅਤ ਸੀ ਨਾ, ਉਹ ਨਜ਼ਰ ਆ ਰਹੀ ਸੀ। ਹੁਣ ਤੁਸੀਂ ਵੇਖੋ, ਜਿੰਨੇ ਵੀ ਮੈਡੀਕੇਟਡ ਨਸ਼ੇ ਨੇ, ਚਾਹੇ ਉਹ ਡੈਕਸਟ੍ਰੋਮੈਥਾਰਫਨ ਹੈ, ਚਾਹੇ ਐਟ੍ਰੋਪੀਨ ਹੈ, ਚਾਹੇ ਕੋਡੀਨ ਹੈ, ਉਸ ਤੋਂ ਇਲਾਵਾ ਹੋਰ ਵੀ ਜਿੰਨੇ ਨਸ਼ੇ ਨੇ ਜਿੰਨੇ ਮੈਡੀਕੇਟਡ ਨੇ, ਉਹਨਾਂ ਦਾ ਇਫੈਕਟ ਕਿਸ ਚੀਜ਼ 'ਤੇ ਪੈ ਰਿਹਾ? ਸਭ ਤੋਂ ਵੱਡੀ ਗੱਲ ਕਿ ਇਹ ਸਾਰੇ ਨਸ਼ੇ ਜਿਹੜੇ ਨੇ ਸਪਰਮੀਸਾਈਟਸ ਨੇ। ਕਿਸੇ ਸਮੇਂ ਜਿਹੜਾ ਪੰਜਾਬ ਦਾ ਨੌਜਵਾਨ ਸੀਗਾ, ਉਹਦੀ ਸਪਰਮ ਕਾਊਂਟ ਜਿਹੜੀ ਸੀ, ਅਸੀਂ ਐਵਰੇਜ ਜਿਹੜੀ ਸੀ 60 ਤੋਂ 70 ਤੱਕ ਵੀ ਕਹਿੰਦੇ ਸੀ। ਇਹ ਬੱਚਾ ਪੈਦਾ ਕਰਨ ਦੇ ਵਾਸਤੇ 45% ਹੋਣੀ ਜ਼ਰੂਰੀ ਹੈ, ਅੱਜ ਐਵਰੇਜ 18 ਤੋਂ 23% ਰਹਿ ਗਈ ਹੈ। ਪੰਜਾਬ ਦਾ ਨੌਜਵਾਨ ਬੱਚਾ ਪੈਦਾ ਕਰਨ ਦੇ ਕਾਬਲ ਨਹੀਂ ਰਿਹਾ। ਇਸੇ ਕਰਕੇ ਹਿੰਦੁਸਤਾਨ ਦੇ ਵਿੱਚ ਕਿੰਨੇ ਸੂਬੇ ਨੇ ਪਰ ਸਭ ਤੋਂ ਵੱਧ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਸੈਂਟਰ ਪੰਜਾਬ ਦੇ ਵਿੱਚ ਨੇ। ਪੰਜਾਬ ਦੀਆਂ ਬੱਚੀਆਂ ਨੂੰ ਜਦੋਂ ਆਰਟੀਫਿਸ਼ੀਅਲ ਇਨਸੈਮੀਨੇਟ ਕੀਤਾ ਜਾਂਦਾ ਹੈ ਤਾਂ ਉਹ ਜਿਹੜਾ ਸੀਮਨ ਆ ਉਹ ਬਈਏ ਵੇਚ ਰਹੇ ਨੇ। ਫਿਰ ਕੀ ਸਾਡੇ ਜੀਨਸ ਚੇਂਜ ਨਹੀਂ ਹੋਣਗੇ? ਕੀ ਇਹ ਜੀਨੋਸਾਈਡ ਨਹੀਂ ਹੋਵੇਗਾ ਇੱਕ ਤਰ੍ਹਾਂ ਦੇ ਨਾਲ? ਸੋ ਜਿਹੜੇ ਹੁਣ ਨਸ਼ੇ ਨੇ ਬਹੁਤ ਜ਼ਿਆਦਾ ਘਾਤਕ ਨੇ, ਜਿਨ੍ਹਾਂ ਦੇ ਨਾਲ ਇੱਕ ਸਾਜ਼ਿਸ਼ੀ ਵਿਧੀ ਦੇ ਨਾਲ ਸਾਡੀ ਨਸਲ ਨੂੰ ਬਦਲਿਆ ਜਾ ਰਿਹਾ।